ਜ਼ਿਲ੍ਹਾ ਅੰਮ੍ਰਿਤਸਰ ਅਤੇ ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਇਬਨ ਖੁਰਦ ਦੇ ਵਸਨੀਕ ਭਾਰਤੀ ਫੌਜ ਵਿੱਚ ਬਤੌਰ ਹੌਲਦਾਰ ਗੁਰਮੀਤ ਸਿੰਘ ਜੋ ਕਿ ਅੱਜ ਤੋਂ 20 ਸਾਲ ਪਹਿਲਾਂ ਕਾਰਗਿਲ ਦੀ ਜੰਗ ਵਿੱਚ ਸ਼ਹੀਦ ਹੋਏ। ਉਹਨਾਂ ਦੇ ਛੋਟੇ ਬੇਟੇ ਮਨਦੀਪ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਿਤਾ ਦੀ ਸ਼ਹਾਦਤ 'ਤੇ ਮਾਣ ਹੈ ਅਤੇ ਵੱਡੇ ਭਰਾ 'ਤੇ ਵੀ ਮਾਣ ਹੈ ਜੋ ਕਿ ਇਸ ਵੇਲੇ ਭਾਰਤੀ ਫੌਜ ਵਿੱਚ ਡਿਊਟੀ ਕਰ ਰਿਹਾ। ਉਸ ਨੇ ਵੀ ਆਪਣੇ ਪਿਤਾ ਅਤੇ ਭਰਾ ਦੇ ਨਕਸ਼ੇ ਕਦਮ 'ਤੇ ਚੱਲਦਿਆਂ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਦਾ ਮਨ ਬਣਾਇਆ ਹੋਇਆ ਸੀ, ਪਰ ਉਹ ਭਰਤੀ ਹੋਣ ਵਿੱਚ ਅਸਫਲ ਰਹਿਣ ਤੋਂ ਬਾਅਦ ਪ੍ਰਾਈਵੇਟ ਨੌਕਰੀ ਕਰ ਰਿਹਾ। ਮਨਦੀਪ ਸਿੰਘ ਦੀ ਮੰਗ ਹੈ ਕਿ ਉਸਦੇ ਸ਼ਹੀਦ ਪਿਤਾ ਦੀ ਪਿੰਡ ਵਿੱਚ ਕੋਈ ਨਾ ਕੋਈ ਵੱਖਰੀ ਯਾਦਗਾਰ ਸਥਾਪਿਤ ਕੀਤੀ ਜਾਵੇ ਜਿਸ ਨੂੰ ਵੇਖ ਕੇ ਨੌਜਵਾਨ ਪੀੜ੍ਹੀ ਨੂੰ ਕੋਈ ਸੇਧ ਮਿਲ ਸਕੇ। ਅਜੀਤ ਵੈੱਬ ਟੀ ਵੀ ਵੇਖਣ ਵਾਲੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਜੱਸਣ ਜਾਣ ਚੱਬੇ ਤੋਂ। ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਇਬਨ ਖੁਰਦ ਵਿਖੇ ਜਿੱਥੇ ਕਾਰਗਿਲ ਸ਼ਹੀਦ ਭਾਈ ਗੁਰਮੀਤ ਸਿੰਘ ਹਵਾਲਦਾਰ ਨੇ ਸ਼ਹੀਦੀ ਪ੍ਰਾਪਤ ਕੀਤੀ ਆ ਉਹਨਾਂ ਦੇ ਗ੍ਰਹਿ ਵਿਖੇ, ਅਤੇ ਉਹਨਾਂ ਦੀ ਸ਼ਹੀਦੀ ਬਾਰੇ ਗੱਲਬਾਤ ਕਰਦੇ ਹਾਂ ਉਹਨਾਂ ਦੇ ਛੋਟੇ ਬੇਟੇ ਨਾਲ। ਮੇਰਾ ਨਾਮ ਮਨਦੀਪ ਸਿੰਘ ਜੀ, ਸਰਦਾਰ ਗੁਰਮੀਤ ਸਿੰਘ ਮੇਰੇ ਫਾਦਰ ਸੀ ਜੀ, ਜਿਹਦੀ ਕਾਰਗਿਲ ਦੇ ਵਿੱਚ ਡੈਥ ਹੋ ਚੁੱਕੀ ਹੈ ਜੀ। 1999 ਦੇ ਵਿੱਚ ਜੀ ਡੈਥ ਹੋਈ ਇਹਨਾਂ ਦੀ। ਮੈਨੂੰ ਆਪਣੇ ਬਾਪ 'ਤੇ ਬਹੁਤ ਮਾਣ ਹੈ ਜੀ, ਠੀਕ ਹੈ, ਮਾਣ ਮਹਿਸੂਸ ਕਰਦਾ ਮੈਂ ਆਪਣੇ ਬਾਪ 'ਤੇ ਜੋ ਕਾਰਗਿਲ ਦੀ ਲੜਾਈ ਲੜੇ, ਉਹ ਸ਼ਹੀਦੀ ਪ੍ਰਾਪਤ ਕੀਤੀ ਉਹਨਾਂ ਨੇ। ਗਾੜੀ ਮੇਰਾ ਮੇਤੋ ਵੱਡਾ ਬ੍ਰਦਰ ਆ ਜਿਹੜਾ, ਉਹ ਵੀ ਜੋਬ ਕਰ ਰਿਹਾ ਆਰਮੀ ਦੇ ਵਿੱਚ ਜੀ, ਉਹਨਾਂ 'ਤੇ ਵੀ ਬੜਾ ਮੈਨੂੰ ਮਾਣ ਹੈ ਜੀ। ਸਾਡੇ ਪਰਿਵਾਰ ਨੇ ਬਹੁਤ ਮਾਣ ਫਖਰ ਕਰਦੇ ਹਾਂ ਜੀ। ਜਦੋਂ ਉਹਨਾਂ ਦੀ ਡੈਥ ਆਪਣੀ ਸ਼ਹੀਦੀ ਹੋਈ ਆ ਤੁਹਾਡੇ ਪਿਤਾ ਜੀ ਦੀ, ਉਦੋਂ ਤੁਹਾਡੀ ਉਮਰ ਕਿੰਨੀ ਸੀ? ਉਦੋਂ ਮੇਰੀ ਉਮਰ ਹੈਗੀ ਸੀ ਜੀ 9 ਸਾਲ ਜੀ। ਉਹ ਜਦੋਂ ਛੁੱਟੀ ਆਏ ਸੀ ਮੈਨੂੰ, ਹਫ਼ਤੇ ਕੁ ਦੀ ਛੁੱਟੀ ਆਏ ਪਹਿਲਾਂ ਜੀ, ਜਦੋਂ ਮੈਂ ਉਹਨਾਂ ਨੂੰ ਵੇਖਿਆ ਵਾ, ਉਸ ਤੋਂ ਬਾਅਦ ਡੈਥ ਹੋ ਗਈ ਉਹਨਾਂ ਦੀ। ਮੇਰੀ ਉਮਰ 9 ਸਾਲ ਦੀ ਹੈ। ਅਤੇ ਤੁਹਾਡੇ ਵੱਡੇ ਭਰਾ ਜਿਹੜੇ, ਉਹ ਆਰਮੀ 'ਚ ਕਦੋਂ ਹੋਏ? ਉਹ ਕਾਫ਼ੀ ਟਾਈਮ ਹੋ ਗਿਆ, ਹੁਣ ਰਿਟਾਇਰਮੈਂਟ ਹੋਣ ਵਾਲੇ ਆ ਜੀ। 19 ਸਾਲ ਨੌਕਰੀ ਹੋ ਗਈ ਆ ਇਸ ਟਾਈਮ ਉਹਨਾਂ ਦੀ, ਅਤੇ ਕਾਫ਼ੀ ਟਾਈਮ ਹੋ ਗਿਆ ਉਹਨਾਂ ਨੂੰ, ਹੁਣ ਬਸ ਰਿਟਾਇਰਮੈਂਟ ਹੋਣੀ, 6-7 ਮਹੀਨੇ ਹੀ ਤਾਂ ਆ ਜਾਣਗੇ ਜੀ। ਅਤੇ ਤੁਹਾਡੇ ਪਿਤਾ ਦੇ ਨਾਂ 'ਤੇ ਕੋਈ ਪਿੰਡ 'ਚ ਯਾਦਗਾਰ ਹੈਗੀ ਬਣੀ ਜੀ? ਹਾਂਜੀ, ਪਿਤਾ ਜੀ ਦੇ ਨਾਂ 'ਤੇ ਬਣੀ ਆ, ਗੇਟ ਬਣਿਆ ਜੀ ਬਾਹਰਲੀ ਫਿਰਨੀ ਦੇ ਉੱਤੇ, ਪੰਚਾਇਤ ਵੱਲੋਂ ਬਣਿਆ ਜੀ। ਠੀਕ ਆ, ਉਹ ਹੀ ਬਣਿਆ, ਉਦੋਂ ਇਲਾਵਾ ਜੀ ਕੋਈ ਚੀਜ਼ ਨਹੀਂ ਬਣੀ ਸਾਡੇ। ਕੋਈ ਸਕੂਲ ਦਾ ਨਾਂ ਜਾਂ ਗਰਾਊਂਡ ਦਾ ਨਾਂ ਜਾਂ ਸਟੇਡੀਅਮ ਦਾ ਜਾਂ ਸੜਕ ਦਾ ਜੀ? ਕੋਈ ਸਟੇਡੀਅਮ ਨਹੀਂ ਬਣਿਆ ਜੀ, ਸਕੂਲ ਜ਼ਰੂਰ ਬਣਿਆ ਉਹਨਾਂ ਦੇ ਨਾਮ ਦੇ ਉੱਤੇ, ਅਤੇ ਇੱਕ ਗੇਟ ਬਣਿਆ ਜੀ, ਹੋਰ ਕੋਈ ਕਲੱਬ ਨਹੀਂ ਬਣਿਆ ਜੀ, ਕੋਈ ਸਟੇਡੀਅਮ ਨਹੀਂ ਬਣਿਆ। ਪੰਜਾਬ ਸਰਕਾਰ ਪਾਸੋਂ ਕੀ ਮੰਗ ਕਰਨਾ ਚਾਹੁੰਦੇ ਜੀ? ਅਸੀਂ ਜੀ ਪੰਜਾਬ ਸਰਕਾਰ ਵੱਲੋਂ ਇਹ ਮੰਗ ਕਰਨਾ ਚਾਹੁੰਦੇ ਹਾਂ, ਉਹਦੀ ਯਾਦਗਿਰੀ ਦੇ ਵਿੱਚ, ਪਾਪਾ ਜੀ ਦੀ ਯਾਦਗਿਰੀ ਦੇ ਵਿੱਚ ਕੋਈ ਚੀਜ਼ ਬਣੇ ਇਹੋ ਜੀ, ਠੀਕ ਆ, ਜਿਹੜੀ ਪਿੰਡ ਦੀ ਨੌਜਵੀੜੀ ਪੀੜ੍ਹੀ ਆ ਉਹ ਆਪਣੇ ਸਹੀ ਜਗ੍ਹਾ 'ਤੇ ਜਾਵੇ, ਨਸ਼ਿਆਂ ਵੱਲ ਨਾ ਹੋਵੇ, ਮਤਲਬ ਪਿੰਡ ਦੇ ਵਿੱਚ ਇਹੋ ਜਿਹੀ ਚੀਜ਼ ਬਣੇ, ਕੋਈ ਕਲੱਬ ਬਣ ਜੇ, ਕੋਈ ਗਰਾਊਂਡ ਬਣ ਜੇ ਉਹਨਾਂ ਦੇ ਨਾਮ 'ਤੇ। ਅਸੀਂ ਤਾਂ ਇਹ ਚਾਹੁੰਦੇ ਹਾਂ ਪਿੰਡ ਦੀ ਨੌਜਵਾਨ ਪੀੜ੍ਹੀ ਸਹੀ ਜਗ੍ਹਾ 'ਤੇ ਸਹੀ ਰਾਹ ਪਵੇ ਜੀ। ਤੁਸੀਂ ਕੀ ਕੰਮ ਕਰਦੇ ਜੀ ਹੁਣ? ਮੈਨੂੰ, ਮੈਂ ਭਰਤੀ ਵੇਖੀ ਜੀ, ਮੇਰੀ ਭਰਤੀ ਦਾ ਕੋਈ ਚਾਂਸ ਨਹੀਂ ਮਿਲਿਆ ਅਤੇ ਮੈਨੂੰ ਕੋਈ ਜੋਬ ਨਹੀਂ ਮਿਲੀ, ਮੈਂ ਪ੍ਰਾਈਵੇਟ ਨੌਕਰੀ ਕਰਦਾ ਇਸ ਟਾਈਮ, ਅਤੇ ਮੇਰੇ ਤੋਂ ਵੱਡਾ ਆਰਮੀ 'ਚ ਆ। ਤੁਹਾਡੀ ਮਾਤਾ ਜੀ ਦੀ ਡੈਥ ਫਿਰ ਕਦੋਂ ਹੋਈ ਜੀ? ਮੇਰੀ ਮਾਤਾ ਜੀ ਨੂੰ 4 ਮਹੀਨੇ ਹੋ ਗਏ ਆ ਜੀ ਡੈਥ ਹੋਈ ਨੂੰ ਉਹਨਾਂ ਦੀ ਨੂੰ, ਉਹ ਵੀ ਬਹੁਤ ਨਿੱਘੇ ਸੁਭਾਅ ਦੇ ਸੀ। ਚਲੋ, ਮਾਂ ਦੇ ਸਿਰ 'ਤੇ ਬਹੁਤ ਆਸ ਹੁੰਦੀ ਆ, ਪਿਓ ਦੇ ਸਿਰ 'ਤੇ ਬਹੁਤ ਆਸ ਹੁੰਦੀ ਹੈ ਜੀ। ਠੀਕ ਹੈ। ਤੁਹਾਡੀ ਮਾਤਾ ਜੀ ਨੂੰ ਵੀ ਕੋਈ ਨੌਕਰੀ ਮਿਲੀ ਕੋਈ ਕਿ ਜਾਂ? ਹਾਂਜੀ, ਉਹ ਵੀ ਸਰਕਾਰੀ ਜੋਬ ਕਰਦੇ ਸਕੂਲ ਦੇ ਵਿੱਚ ਜੀ, ਪਾਪਾ ਜੀ ਵੱਲੋਂ ਮਿਲੀ ਸੀ ਉਹਨਾਂ ਨੂੰ ਵੀ ਜਦੋਂ ਡੈਥ ਹੋਈ ਆ, PM ਦੀ ਜੋਬ ਕਰਦੇ ਸੀ ਸਰਕਾਰੀ ਜੀ, ਹਾਲੇ ਰਿਟਾਇਰਮੈਂਟ ਨਹੀਂ ਹੋਈ ਉਹਨਾਂ ਦੀ, 2 ਸਾਲ ਪਏ ਸੀ ਨੌਕਰੀ ਨੂੰ। ਸਾਬਕਾ ਸਰਪੰਚ ਨਰਵੈਲ ਸਿੰਘ ਪਿੰਡ ਇੰਬੜ ਖੁਰਦ, ਬੜੇ ਮਾਣ ਦੀ ਗੱਲ ਹੈ ਜੀ ਸਾਡੇ ਪਿੰਡ ਦੇ ਸ਼ਹੀਦ ਗੁਰਮੀਤ ਸਿੰਘ ਕਾਰਗਿਲ 'ਚ ਜੋ ਸ਼ਹੀਦ ਹੋਏ ਆ, ਸਾਨੂੰ ਬਹੁਤ ਪਿੰਡ ਦਾ ਮਤਲਬ ਮਾਣ ਆ ਵੀ ਚਲੋ ਉਹਦੇ ਸ਼ਹੀਦ ਹੋ ਗਏ। ਅਤੇ ਉਸ ਤੋਂ ਬਾਅਦ ਅਸੀਂ ਸਰਕਾਰ ਕੋਲ ਇੱਕ ਮੰਗ ਕਰਦੇ ਹਾਂ ਵੀ ਗੇਟ 'ਤੇ ਚਲੋ 2007 ਦੇ ਵਿੱਚ ਸਰਦਾਰ ਸਰਦੂਪ ਸਿੰਘ ਮੰਤਰੀ ਜੀ ਨੂੰ ਕਹਿ ਕੇ, ਉਦੋਂ ਮੈਂ ਹੀ ਸਰਪੰਚੀ ਦੇ ਤੌਰ 'ਤੇ ਬਣਵਾਇਆ ਸੀ ਅਤੇ ਸਾਰਾ ਕੀਤਾ ਸੀ। ਹੁਣ ਅਸੀਂ ਇੱਕ ਸਰਕਾਰ ਕੋਲ ਹੋਰ ਮਤਲਬ ਰੱਖਦੇ ਹਾਂ ਵੀ ਉਹਨਾਂ ਦੇ ਨਾਂ 'ਤੇ ਕੋਈ ਹੋਰ ਸਟੇਡੀਅਮ ਜਾਂ ਕੋਈ ਕਲੱਬ ਜਾਂ ਕੋਈ ਹੋਰ ਚੀਜ਼ ਉਹਨਾਂ ਦੇ ਸਕੂਲ ਦਾ ਨਾਂ 'ਤੇ ਮਤਲਬ ਰੱਖਿਆ ਜਾਵੇ।